ਦੀਨਾਨਗਰ ਮੀਰਥਲ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਤਮਰਾਈ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਵਿੱਚ ਆਈਆਂ ਤਰੇੜਾਂ, ਲੋਕਾਂ ਵਿੱਚ ਪਾਇਆ ਜਾ ਰਿਹਾ ਹੈ ਰੋਸ। ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਤਮਰਾਈ ਨੇੜੇ ਦੀਨਾਨਗਰ ਮੀਰਥਲ ਨੈਸ਼ਨਲ ਹਾਈਵੇ ਦੇ UBDC ਨਹਿਰ ਉੱਪਰ ਬਣਿਆ ਪੁਲ ਵਿੱਚ ਤਰੇੜਾਂ ਆਉਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਮਹਿਕਮੇ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਲੰਘ ਰਹੇ ਲੋਕਾਂ ਨੇ ਦੱਸਿਆ ਕਿ ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਪੁਲ 3-4 ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ, ਜਿਸ ਵਿੱਚ ਤਰੇੜਾਂ ਆ ਗਈਆਂ ਹਨ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਕੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਆਓ ਦੇਖਦੇ ਹਾਂ ਇਰਾਵਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ। ਮੈਂ ਯਸ਼ਪਾਲ ਕੁੰਡਲ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਗੁਰਦਾਸਪੁਰ, ਅਤੇ ਮੇਰੇ ਨਾਲ ਮੰਡਲ ਪ੍ਰਧਾਨ ਸ਼ੈਂਪੀ ਸੋਹਲ। ਆਪਾਂ ਅੱਜ ਪਿੰਡ ਧਮਰਾਈ ਦੇ ਪੁਲ 'ਤੇ ਖੜ੍ਹੇ ਹਾਂ, ਜਿਹੜਾ ਲੰਬੇ ਸੰਘਰਸ਼ ਤੋਂ ਬਾਅਦ ਪਿਛਲੀ ਸਰਕਾਰ ਕਾਂਗਰਸ ਵੱਲੋਂ ਇਹ ਘਟੀਆ ਮਟੀਰੀਅਲ ਪਵਾ ਕੇ ਤਿਆਰ ਕਰਾਇਆ ਗਿਆ ਸੀ, ਅਤੇ ਜਿਹੜਾ ਅੱਜ ਇਹ ਜਿਹੜਾ ਇਹਦੀ ਹਾਲਤ ਜਿਹੜੀ ਆ ਬਹੁਤ ਤਰਸਯੋਗ ਹੋ ਗਈ ਆ, ਅਤੇ ਇਹ ਪੁਲ ਜਿਹੜਾ ਵਾ ਇਹ ਬੈਠ ਗਿਆ ਵਾ, ਵਿੱਚੋਂ ਇਹਦੇ ਗੈਪ ਪੈ ਰਿਹਾ ਵਾ, ਅਤੇ ਬਹੁਤ ਲੰਬੇ ਸਮੇਂ ਤੋਂ ਇਹ ਸੜਕ 'ਤੇ ਪੁਲ ਜਿਹੜੀ ਇਹ ਉਸਾਰੀਆਂ ਹੋ ਰਹੀਆਂ ਨੇ। ਮੈਂ SDO ਨਾਲ ਵੀ ਸੰਪਰਕ ਕਰਨਾ ਚਾਹਿਆ ਪਰ ਉਹ ਫੋਨ ਨਹੀਂ ਚੁੱਕਦਾ। ਇਸ 'ਤੇ ਆਪਾਂ ਰਸਤੇ ਦੇ ਵਿੱਚ ਵੀ ਵੇਖੀਆਂ ਵੀ ਜਿੰਨੀਆਂ ਪੁਲੀਆਂ ਪਹਿਲਾਂ ਇਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਉਹ ਸਾਰੀਆਂ ਜਿਹੜੀਆਂ ਉਹ ਬੈਠ ਗਈਆਂ ਨੇ, ਦੁਬਾਰਾ ਫਿਰ ਪੁੱਟ ਕੇ ਉਹਨਾਂ ਨੂੰ ਕੰਮ ਕੀਤਾ ਜਾ ਰਿਹਾ। ਮੈਂ ਪ੍ਰਸ਼ਾਸਨ DC ਗੁਰਦਾਸਪੁਰ ਤੋਂ ਅਤੇ PWD ਮੰਤਰੀ ਤੋਂ ਇਹ ਮੰਗ ਕਰਾਂਗਾ ਅਤੇ ਜੇਕਰ ਇਹ ਸੜਕ ਇਹਦੀ ਮੁੱਢਲੀ ਤੌਰ 'ਤੇ ਜਾਂਚ ਕੀਤੀ ਜਾਏ, ਇਹਦੀ ਇਨਕੁਆਇਰੀ ਕਰਵਾਈ ਜਾਏ ਅਤੇ ਜਿਹੜੇ ਵੀ ਅਫਸਰ ਜ਼ਿੰਮੇਵਾਰ ਨੇ, ਅਜੇ ਮੇਰੇ ਖਿਆਲ ਮੈਂ ਅਜੇ ਇਹ ਪੁਲ ਚਾਲੂ ਹੋਇਆ ਨੂੰ 4-5 ਮਹੀਨੇ ਨਹੀਂ ਹੋਏ, ਅਤੇ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਏ, ਕ੍ਰਿਮੀਨਲ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਜਾਏ ਜਿਨ੍ਹਾਂ ਨੇ ਇਹ ਨਿਕੰਮਾ ਮਟੀਰੀਅਲ ਲਾ ਕੇ ਇਹ ਪੁਲ ਨੂੰ ਤਿਆਰ ਕੀਤਾ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਰੇ 'ਚ ਪਈਆਂ। ਹਾਦਸਾ ਵੀ ਹੋ ਸਕਦਾ ਵਾ ਪਰ ਪ੍ਰਸ਼ਾਸਨ ਸੁੱਤਾ ਪਿਆ। ਅਗਰ ਇੱਥੇ ਕੋਈ ਹਾਦਸਾ ਵਾਪਰਦਾ ਤਾਂ ਉਹਦਾ 100% ਜ਼ਿੰਮੇਵਾਰ ਸੰਬੰਧਿਤ ਡਿਪਾਰਟਮੈਂਟ PWD ਜਿਸ ਨੇ ਤਿਆਰ ਕੀਤਾ ਵਾ ਉਹ ਜ਼ਿੰਮੇਵਾਰ ਹੋਣਗੇ, ਉਹਨਾਂ ਦੇ ਖਿਲਾਫ਼ ਕਾਰਵਾਈ ਜਿਹੜੀ ਕੀਤੀ ਜਾਣੀ ਬਣ